ਨਮਸਕਾਰ ਖਬਰਾਂ ਦੇ ਇਸ ਬਿਲੇਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਕੌਰ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਗਟਾਈ ਕਿ ਅਤਵਾਦ ਕਿਸੇ ਵੀ ਰੂਪ ਵਿੱਚ ਸਵੀਕਾਰਯੋਗ ਨਹੀਂ ਤੇ ਆਮ ਨਾਗਰਿਕਾਂ ਦੀ ਮੌਤ ਦੀ ਨਿੰਦਾ ਹੋਣੀ ਚਾਹੀਦੀ ਹੈ ਉਤਰਾਖੰਡ ਵਿੱਚ ਸਿਲ 11 ਸੁਰੰਗ ਵਿੱਚ ਫਸੇ 41 ਮਜ਼ਦੂਰਾਂ ਨੂੰ ਬਚਾਉਣ ਦਾ ਕੰਮ ਆਖਰੀ ਪੜਾਤੇ ਮਜ਼ਦੂਰਾਂ ਤੱਕ ਪੁੱਜਣ ਲਈ ਥੋੜੇ ਜਿਹੇ ਹਿੱਸੇ ਦੀ ਡ੍ਰਿਲਿੰਗ ਬਾਕੀ ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਲਈ ਈ-ਵੀਜ਼ਾ ਸੇਵਾਵਾਂ ਮੁਰ ਸ਼ੁਰੂ ਕੀਤੀਆਂ ਪੰਜਾਬ ਵਿਧਾਨ ਸਭਾ ਦਾ اجلاس 28 ਨਵੰਬਰ ਤੋਂ ਤੇ T20 ਕਮਾਂਟਰੀ ক্রিকেট ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਭਾਰਤ ਦਾ ਟਕਰਾ ਆਸਟ੍ਰੇਲੀਆ ਨਾਲ ਤੇ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 21ਵੀਂ ਸਦੀ ਵਿੱਚ ਵਿਕਾਸਸ਼ੀਲ ਤੇ ਪਛੜੇ ਦੇਸ਼ਾਂ ਦੀਆਂ ਚਿੰਤਾਵਾਂ ਨੂੰ ਪਹਿਲ ਦੇਣੀ ਹੋਵੇਗੀ G20 ਨੇਤਾਵਾਂ ਦੇ ਵਰਚੁਅਲ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ G20 ਭਾਰਤ ਦੀ ਪ੍ਰਧਾਨਗੀ ਦੌਰਾਨ G20 ਸੰਗਠਨ ਨੂੰ ਪੀਪਲਸ 20 ਦੇ ਤੌਰ ਤੇ ਮਾਨਤਾ ਮਿਲੀ ਉਨਾ ਕਹਿਆ ਕਿ ਭਾਰਤ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਸ ਦੀ ਪ੍ਰਧਾਨਗੀ ਹੇਠ ਅਫਰੀਕਾ ਦੀ ਆਵਾਜ਼ ਨੂੰ ਵੀ G20 ਵਿੱਚ ਸ਼ਾਮਲ ਕੀਤਾ ਗਿਆ। ਉਹਨਾਂ ਕਹਿਆ ਕਿ G20 ਨੇ ਪੂਰੀ ਦੁਨੀਆ ਨੂੰ ਸਮਾਵੇਸ਼ ਦਾ ਬੇਮਿਸਾਲ ਸੰਦੇਸ਼ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸਸ਼ੀਲ ਦੇਸ਼ ਕਈ ਸੰਕਟਾਂ ਦਾ ਸਾਹਮਣਾ ਕਰ ਰਹੇ ਨੇ ਜਿਸ ਲਈ ਉਹ ਜ਼ਿੰਮੇਵਾਰ ਨਹੀਂ। ਉਹਨਾਂ ਕਹਿਆ ਕਿ ਵਿਕਾਸ ਦੇ এজেন্ডੇ ਨੂੰ ਪੂਰਾ ਸਹਿਯੋਗ ਦੇਣਾ ਸਮੇਂ ਦੀ ਮੁਖ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਪ੍ਰਧਾਨਗੀ ਹੇਠ G20 ਨੂੰ ਨਵੀਨਤਾ ਤੇ ਡਿਜੀਟਲ ਟੈਕਨੋਲੋਜੀ ਦਾ ਸਮਰਥਨ ਕਰਕੇ मनुख आधारित पहुंच अपनानी चाहिए उन्होंने कहा कि जी ट्वेंटी ने मुड़ विश्वास वदाया है कि आतंकवाद हम सभी को अस्वीकार्य है सिविलियंस की मौत कहीं भी हो निंदनीय है आज हुए हॉस्टेजिस के रिलीज के समाचार का हम स्वागत करते हैं उम्मीद करते हैं कि सभी होस्टेजिस्ट जल्दी रिहा हो जाएंगे मानवीय सहायता का समय से और निरंतर पहुंचना आवश्यक है प्रधानमंत्री ने आर्टिफिशियल इंटेलिजेंस दे इस युग में तकनोलॉजी की जिम्मेवार वर्तों पर जोर दता उन्होंने कहा कि आर्टिफिशियल इंटेलिजेंस से ग्लोबल नियम बनाने सारे देशों न काम करना चाहते हैं ਇਸ ਵਰਚੁਅਲ ਸੰਮੇਲਨ ਵਿੱਚ ਨਵੀਂ ਦਿੱਲੀ ਵਿੱਚ ਹੋਈ ਕਾਨਫਰੰਸ ਦੇ ਸਿੱਟਿਆਂ ਤੇ ਕਾਰਵਾਈ ਦੇ ਨੁਕਤੇ ਬਾਰੇ ਚਰਚਾ ਕੀਤੀ ਜਾਵੇਗੀ। ਜੀ20 ਦੀ ਪ੍ਰਧਾਨਗੀ ਇਸ ਮਹੀਨੇ ਦੀ 30 ਤਰੀਕ ਤੱਕ ਭਾਰਤ ਕੋਲ ਰਹੇਗੀ ਤੇ ਇਹ 2024 ਵਿੱਚ ਬ੍ਰਾਜ਼ੀਲ ਵੱਲੋਂ ਸੰਭਾਲ ਲਈ ਜਾਵੇਗੀ। ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਪੈਂਦੀ ਸਿਲਕਿਆਰਾ சுரੰਗ ਵਿੱਚ 41 ਮਜ਼ਦੂਰਾਂ ਨੂੰ ਬਚਾਉਣ ਦਾ ਕੰਮ ਆਖਰੀ ਪੜਾਅ ਤੇ ਪੁੱਜ ਗਿਆ ਏ। ਦੀਵਾਲੀ ਵਾਲੇ ਦਿਨ ਉੱਤਰਕਾਸ਼ੀ ਦੀ ਉਸਾਰੀਯਾ ਦਿਨ சுரੰਗ ਵਿੱਚ ਹੋਏ ਹਾਦਸੇ ਵਿੱਚ ਫਸੇ 41 ਮਜ਼ਦੂਰ 체ਤੀ ਹੀ ਬਾਹਰ ਆ ਸਕਦੇ ਨੇ ਕਿਉਂ ਜੋ ਉਹਨਾਂ ਤੱਕ ਪਹੁੰਚਣ ਲਈ ਬਣਾਈ ਜਾ ਰਹੀ சுரੰਗ ਸਿਰਫ 6 ਮੀਟਰ ਦੀ ਦੂਰੀ ਤੇ ਐ ਸੁਰੱਖਿਅਤ ਕੱਡੇ ਜਾਣ ਤੋਂ ਬਾਅਦ ਚੀਨੂਕ ਹੈਲੀਕਾਪਟਰ ਦੀ ਮਦਦ ਨਾਲ ਮਜ਼ਦੂਰਾਂ ਨੂੰ 에어 ਲਿਫਟ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਦੇ ਇਲਾਵਾ சுரੰਗ ਦੇ ਬਾਹਰ 45 ਐਂਬੂਲੈਂਸ ਤਾਇਨਾਤ ਕੀਤੀਆਂ ਗਈਆਂ ਨੇ ਰਾਤ ਵੇਲੇ ਖੁਦਾਈ ਕਰ ਰਹੀ ਮਸ਼ੀਨ ਸਾਹਮਣੇ ਸਰੀਆ ਆ ਗਿਆ ਸੀ ਜਿਸ ਦੇ ਚਲਦਿਆਂ ਇੱਕ ਵਾਰ ਫੇਰ ਰੁਕਾਵਟ ਆਈ ਜਿਸ ਨੂੰ ਐਨ ਡੀ ਆਰ ਐਫ ਟੀਮ ਦੀ ਮਦਦ ਨਾਲ ਅੱਜ ਤੜਕੇ तकरीबन 3 ਵਜੇ ਹਟਾ ਦਿੱਤਾ ਗਿਆ एनडीआरएफ दी टीम सुरंग ਵਿੱਚ ਦਾਖਲ ਹੋ ਕੇ ਮਜ਼ਦੂਰਾਂ ਤੱਕ ਲੋੜੀਂਦਾ ਸਮਾਨ ਪਹੁੰਚਾ ਰਹੀ ਹੈ ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਥਾਮੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਹੈ ਕਿ सुरंग ਵਿੱਚ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਜੰਗੀ ਪੱਧਰ ਤੇ ਬਚਾਅ ਕਾਰਜ ਜਾਰੀ ਨੇ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਕਿਹਾ ਹੈ ਕਿ ਭਾਰਤੀ ਕੌਮੀ ਸ਼ਾ ਮਾਰਗ ਅਥਾਰਟੀ ਦੇਸ਼ ਭਾਰ ਪਾਰ ਵਿੱਚ ਉਸਾਰੀ ਅਧੀਨ ਸਾਰੀਆਂ 29 ਟਰੰਗਾਂ ਦਾ ਸੁਰੱਖਿਆ ਆਡਿਟ ਕਰੇਗੀ ਇਹ ਪਹਿਲ ਉਸਾਰੀ ਦੌਰਾਨ ਵਧੀਆ ਗੁਣਵੱਤਾ ਦੇ ਮਿਆਰਾਂ ਤੇ ਸੁਰੱਖਿਆ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕੀਤੀ ਜਾ ਰਹੀ ਹੈ ਮੰਤਰਾਲੇ ਨੇ ਕਿਹਾ ਕਿ ਭਾਰਤੀ ਕੌਮੀ ਸ਼ਾਮਾਰਗ ਅਥਾਰਟੀ ਅਧਿਕਾਰੀਆਂ ਤੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਮਾਹਿਰਾਂ ਦੀ ਟੀਮ ਸੁਰੰਗ ਮਾਹਿਰਾਂ ਦੇ ਨਾਲ ਨਿਰਮਾਣ ਅਧੀਨ ਸੁਰੰਗਾਂ ਦਾ ਮੁਆਇਨਾ ਕਰੇਗੀ ਤੇ 7 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਸੌਂਪੇਗੀ ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਲਈ ਈ ਵੀਜ਼ਾ ਸੇਵਾ ਮਾਮੂਲ ਸ਼ੁਰੂ ਕਰ ਦਿੱਤੀਆਂ ਨੇ ਭਾਰਤ ਨੇ ਕੂਟਨੀਤਿਕ ਵਿਵਾਦ ਦੇ ਚੱਲਦਿਆਂ ਸੰਬਰ ਦੇ ਮਹੀਨੇ ਵਿੱਚ ਕੈਨੇਡਾ ਲਈ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਸੀ ਸੂਤਰਾਂ ਅਨੁਸਾਰ ਹੁਣ ਈ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਭਾਰਤ ਨੇ ਪਿਛਲੇ ਮਹੀਨੇ ਕੁਝ ਵਰਗਾਂ ਲਈ ਵੀਜ਼ਾ ਸੇਵਾਵਾਂ ਬਹਾਲ ਕਰ ਦਿੱਤੀਆਂ ਸਨ ਜਿਨ੍ਹਾਂ ਵਿੱਚ ਐਂਟਰੀ ਵੀਜ਼ਾ ਵਪਾਰਕ ਵੀਜ਼ਾ ਡਾਕਟਰੀ ਵੀਜ਼ਾ ਤੇ ਕਾਨਫਰੰਸ ਵੀਜ਼ਾ ਸ਼ਾਮਿਲ ਸਨ ਪੰਜਾਬ ਵਿਧਾਨ ਸਭਾ ਦਾ اجلاس 28 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ ਵਿਧਾਨ ਸਭਾ ਦੇ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਇਸ اجلاس ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਪੰਜਾਬ ਵਿਧਾਨ ਸਭਾ ਦਾ ਪੰਜਵਾਂ ਸਮਾਗਮ ਮੰਗਲਵਾਰ ਨੂੰ ਬਾਅਦ ਦੁਪਹਿਰ 2 ਵਜੇ ਪੰਜਾਬ ਵਿਧਾਨ ਸਭਾ ਹਾਲ ਵਿਧਾਨ ਭਵਨ ਚੰਡੀਗੜ੍ਹ ਵਿੱਚ ਹੋਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਤੋਂ ਜਾਰੀ ਇੱਕ ਬਿਆਨ ਵਿੱਚ ਕਿਸਾਨ ਯੂਨੀਅਨਾਂ ਨੂੰ ਆਖਿਆ ਹੈ ਕਿ ਉਹ ਸੂਬੇ ਵਿੱਚ ਸੜਕਾਂ ਰੋਕ ਕੇ ਆਮ ਲੋਕਾਂ ਨੂੰ ਬਿਨਾਂ ਵਜ੍ਹਾ ਖੱਜਲ ਖੁਆਰ ਨਾ ਕਰਨ ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਯੂਨੀਅਨਾਂ ਵੱਲੋਂ ਸੜਕਾਂ ਰੋਕ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਨਾਲ ਰੋਜ਼ਮਰਰਾ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਜੋ ਕਿ ਇੱਕ ਬਹੁਤ ਮੰਦ ਭਾਗੀ ਗੱਲ ਹੈ ਮੁੱਖ ਮੰਤਰੀ ਨੇ ਯੂਨੀਅਨਾਂ ਨੂੰ ਅਪੀਲ ਕੀਤੀ ਕਿ ਉਹਨਾਂ ਦਾ ਦਫ਼ਤਰ ਰਿਹائش ਪੰਜਾਬ ਪਵਨ ਪੰਜਾਬ ਸਿਵਲ ਸਕੱਤਰ ਅਤੇ ਖੇਤੀਬਾੜੀ ਮੰਤਰੀ ਦੇ ਦਫ਼ਤਰ ਦੇ ਦਰਵਾਜ਼ੇ ਗੱਲਬਾਤ ਲਈ ਹਮੇਸ਼ਾ ਖੁੱਲੇ ਨੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਕਪੂਰਥਲਾ ਦੇ ਸਕੱਤਰ ਨਿਤਿਨ ਚੱਡਾ ਨੇ ਕਿਹਾ ਹੈ ਕਿ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਇਹ ਮੈਡੀਕਲ ਕਾਲਜ ਸਮੇਤ ਜਿਨ੍ਹਾਂ ਯੋਜਨਾਵਾਂ ਦਾ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਸਾਰੀਆਂ ਅਸਲ ਵਿੱਚ ਕੇਂਦਰ ਦੀਆਂ ਯੋਜਨਾਵਾਂ ਦਾ ਹਿੱਸਾ ਨਹੀਂ ਜਦਕਿ ਪੰਜਾਬ ਸਰਕਾਰ ਦਾ ਇਸ ਵਿੱਚ ਬਹੁਤ ਮਾਮੂਲੀ ਯੋਗਦਾਨ ਹੈ ਉਹਨਾਂ ਨੇ ਕਿਹਾ ਕਿ ਮੈਡੀਕਲ ਕਾਲਜ ਦੀ ਉਸਾਰੀ ਵਿੱਚ ਪੰਜਾਬ ਸਰਕਾਰ ਦੀ ਭੂਮਿਕਾ ਜ਼ਮੀਨ ਮੁਹੱਈਆ ਕਰਵਾਉਣ ਤੱਕ ਸੀਮਿਤ ਹੈ ਤੇ ਇਮਾਰਤ ਦੀ ਉਸਾਰੀ ਦਾ ਖਰਚਾ ਕੇਂਦਰ ਵੱਲੋਂ ਚੁਕਾਇਆ ਜਾ ਰਿਹਾ ਹੈ ਨਿਤਿਨ ਚੱਡਾ ਨੇ ਕਿਹਾ ਕਿ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਡੀ ਖੇਤਰਾਂ ਦੇ ਵਿਕਾਸ ਵਿੱਚ ਜ਼ਿਕਰਯੋਗ ਭੂਮਿਕਾ ਨਿਭਾਈਏ ਤੇ ਮੁਹੱਲਾ ਕਲੀਨਿਕ ਦੇ ਨਾਮ ਤੇ ਪਹਿਲਾਂ ਹੀ ਚੱਲ ਰਹੀਆਂ ਸਰਕਾਰੀ ਡਿਸਪੈਂਸਰੀਆਂ ਨੂੰ ਲਿਪਾਪੋਤੀ ਕਰਕੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਏ। ਉਹਨਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਕੇਂਦਰੀ ਯੋਜਨਾਵਾਂ ਦੇ ਨਾਵਾਂ ਨਾਲ ਛੇੜਛਾੜ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਏ ਤੇ ਜਨਤਾ ਵੀ ਇਸ ਬਾਰੇ ਜਾਣਦੀ ਏ। ਸਿਹਤ ਸੰਭਾਲ ਤੇ ਵਾਤਾਵਰਣ ਨੂੰ ਏਕੀਕ੍ਰਿਤ ਕਰਨ ਦੀ ਜ਼ਰੂਰਤ ਦੇ ਮੁੱਦੇ ਤੇ ਚਰਚਾ ਕਰਨ ਲਈ ਜਲੰਧਰ ਦੀ ਡੀਏਵੀ ਯੂਨੀਵਰਸਿਟੀ ਵਿੱਚ ਦੁਨੀਆ ਦੇ ਵੱਖ-ਵੱਖ ਖੇਤਰਾਂ ਤੋਂ ਮਾਹਿਰ ਇਕੱਠੇ ਹੋਏ। ਵਿਗਿਆਨੀਆਂ ਤੇ ਮਾਹਿਰਾਂ ਨੇ ਕਿਹਾ ਕਿ ਮੌਜੂਦਾ ਵਿਸ਼ਵ ਦ੍ਰਿਸ਼ਟੀਕੋਣ ਲਈ ਕਿਫਾਇਤੀ, ਪਟਿਕਾਊ ਸਿਹਤ ਸੰਭਾਲ ਟੈਕਨੋਲੋਜੀਆਂ ਵੱਲ ਰਣਨੀਤਿਕ ਤਬਦੀਲੀ ਦੀ ਲੋੜ ਹੈ। ਇਹ 2 ਰੋਜ਼ਾ ਕਾਨਫਰੰਸ ਪੰਜਾਬ ਰਾਜ ਵਿਗਿਆਨ ਤੇ ਟੈਕਨੋਲੋਜੀ ਕੌਂਸਲ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਦੇ ਚੰਡੀਗੜ੍ਹ ਚੈਪਟਰ ਦੇ ਸਹਿਯੋਗ ਨਾਲ ਕਰਵਾਈ ਗਈ। ਵਿਗਿਆਨੀਆਂ ਨੇ ਕੋਵਿਡ ਦੇ ਪ੍ਰਕੋਪ ਤੋਂ ਬਾਅਦ ਨੌਜਵਾਨਾਂ ਵਿੱਚ ਦਿਲ ਦੀਆਂ ਬਿਮਾਰੀਆਂ ਤੇ ਦਿਲ ਦੇ ਦੌਰੇ ਦੇ ਵਧਨ ਦੀ ਜਾਂਚ ਦੀ ਲੋੜ ਤੇ ਜ਼ੋਰ ਦਿੱਤਾ ਇਵੈਂਟ ਦੇ ਹਿੱਸੇ ਵਜੋਂ ਡੀਏਵੀ ਯੂਨੀਵਰਸਿਟੀ ਨੇ ਵਿਗਿਆਨ ਤੇ ਟੈਕਨੋਲੋਜੀ ਦੀ ਇੱਕ ਕਾਮਾਂਤਰੀ ਮੈਗਜ਼ੀਨ ਪ੍ਰਤੀਆਕਸ਼ਮ ਵਿਜਨਮ ਲਾਂਚ ਕੀਤੀ ਤੇ ਕਾਨਫਰੰਸ ਦੇ ਯਾਦਗਾਰੀ ਚਿੰਨ੍ਹ ਨੂੰ ਜਨਤਕ ਕੀਤਾ ਆਪਣੇ ਉਦਘਾਟਨੀ ਭਾਸ਼ਣ ਵਿੱਚ ਭਾਰਤੀ ਵਿਗਿਆਨ ਕਾਂਗਰਸ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਅਰਵਿੰਦ ਸਖਸੈਨਾ ਨੇ ਇੱਕ ਟਿਕਾਊ ਪਵਿਕਲੇ ਵਿਗਿਆਨ ਦੀਆਂ ਸਾਰੀਆਂ ਸ਼ਾਖਾਵਾਂ ਵਿੱਚ ਖੋਜ ਨੂੰ ਏਕੀਕ੍ਰਿਤ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ ਪ੍ਰੋਫੈਸਰ ਐਨ ਐਸ ਢੱਲਾ ਨੇ ਦਿਲ ਦੀਆਂ ਬਿਮਾਰੀਆਂ ਦੇ ਉੱਭਰੇ ਕਾਰਨਾਂ ਨੂੰ ਉਜਾਗਰ ਕਰਦਿਆਂ ਦੱਸਿਆ ਕਿ ਚਿੰਤਾ ਤੇ ਬਹੁਤ ਜ਼ਿਆਦਾ ਖੁਸ਼ੀ ਵਰਗੇ ਮਨੋਵਿਗਿਆਨਿਕ ਕਾਰਨ ਇਸ ਲਈ ਸ਼ਾਮਲ ਨੇ ਪੰਜਾਬ ਦੇ ਯੂਵਕ ਸੇਵਾਵਾਂ ਵਿਭਾਗ ਨੇ ਸੰਗਰੂਰ ਜ਼ਿਲ੍ਹੇ ਵਿੱਚ ਚੀਮਾ ਮੰਡੀ ਮਾਡਰਨ ਕਾਲਜ ਆਫ ਐਜੂਕੇਸ਼ਨ ਵੀਰ ਕਲਾ ਵਿਖੇ ਦੋ ਦਿਨਾਂ ਜ਼ਿਲ੍ਹਾ ਪੱਧਰੀ ਉਪਨ ਯੁਵਕ ਮੇਲਾ ਕਰਵਾਇਆ ਯੂਥ ਡਿਵੈਲਪਮੈਂਟ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਮੁੱਖ ਮਹਿਮਾਨ ਵਜੋਂ ਜਦਕਿ ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪੰਜ ਸੀਟ ਸਮੇਤ ਕਈ ਹੋਰ ਪਤਵੰਤਿਆਂ ਨੇ ਵੀ ਸ਼ਿਰਕਤ ਕੀਤੀ ਸਹਾਇਕ ਡਾਇਰੈਕਟਰ ਅਰुण ਕੁਮਾਰ ਨੇ ਦੱਸਿਆ ਕਿ ਮੇਲੇ ਵਿੱਚ ਕੋਲ 60 ਟੀਮਾਂ ਨੇ ਹਿੱਸਾ ਲਿਆ ਮੇਲੇ ਦੌਰਾਨ ਪੰਗੜਾ ਲੋਕ ਸਾਜ਼ ਪੁਰਾਤਨ ਪਹਿਰਾਵਾ ਗੱਤਕਾ ਰਵਾਇਤੀ ਲੋਕ ਕਲਾ ਤੇ ਫੁਲਕਾਰੀ ਸਮੇਤ ਕਈ ਹੋਰ ਮੁਕਾਬਲੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਟਰੋਫੀ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਕੌਮੀ ਜਾਂਚ ਏਜੰਸੀ ਨੇ ਅਮਰੀਕਾ ਦੇ ਸੈਨ ਫ੍ਰਾਂਸਿਸਕੋ ਸਥਿਤ 파ਰਟੀ ਕਾਉਂਸਲਰ ਜਨਰਲ ਤੇ ਹੋਏ ਹਮਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਪੰਜਾਬ ਤੇ ਹਰਿਆਣਾ ਵਿੱਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ। ਐਨਆਈਏ ਨੇ ਕਿਹਾ ਕਿ ਇਹ ਛਾਪੇ ਇਸ ਸਾਲ 11 ਮਾਰਚ ਤੇ 2 ਜੁਲਾਈ ਨੂੰ ਹੋਏ ਹਮਲਿਆਂ ਦੇ ਪਿੱਛੇ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਕੀਤੇ ਗਏ। ਭਾਰਤੀ ਕੌਂਸਲਰ ਜਨਰਲ ਤੇ ਹਮਲੇ, ਤੇ ਜ਼ਬਰਦਸਤੀ ਦਾਖਲੇ, ਭੰਮ ਤੋੜ, ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੇ ਦੂਤਾਵਾਜ਼ੇ ਕਾਮਿਆਂ ਨੂੰ ਜ਼ਖਮੀ ਕਰਨਾ ਤੇ ਅਗਜ਼ਨੀਦੀਆਂ ਕਾਰਵਾਈਆਂ ਵਰਗੇ ਦੋਸ਼ ਸ਼ਾਮਿਲ ਨੇ। ਐਨਆਈਏ ਨਾ ਹਮਲਿਆਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਤੇ ਭਾਰਤ ਵਿਰੋਧੀ ਅੰਸਰਾਂ ਨੂੰ ਸਖਤ ਸੁਨੇਹਾ ਦਿੱਤਾ ਜਾ ਸਕੇ ਐਨਆਈਏ ਦੀ ਇੱਕ ਟੀਮ ਇਸ ਸਾਲ ਅਗਸਤ ਵਿੱਚ ਜਾਂਚ ਲਈ ਸan francisco ਗਈ ਸੀ ਜਾਂਚ ਏਜੰਸੀ ਨੇ ਇਹਨਾਂ ਕਟਨਾਵਾ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਨ ਤੇ ਉਹਨਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਅਮਰੀਕੀ ਨਾਗਰਿਕਾਂ ਤੋਂ ਵੀ ਜਾਣਕਾਰੀ ਮੰਗੀ ਸੀ ਐਨਆਈਏ ਵੱਲੋਂ ਜਿਨ੍ਹਾਂ ਥਾਵਾਂ ਤੇ ਛਾਪੇ ਮਾਰੇ ਗਏ ਉਹਨਾਂ ਵਿੱਚ ਪੰਜਾਬ ਦੇ ਜਲੰਧਰ, ਮੋਗਾ, ਲੁਧਿਆਣਾ, ਗੁਰਦਾਸਪੁਰ, ਮੋਹਾਲੀ ਤੇ ਪਟਿਆਲਾ ਜ਼ਿਲ੍ਹੇ ਸ਼ਾਮਿਲ ਨੇ ਇਹ ਛਾਪੇ ਮਾਰੀ ਹਰਿਆਣਾ ਦੇ ਕੁਰੂਕhetra ਤੇ ਯਮੁਨਾ ਨਗਰ ਜ਼ਿਲ੍ਹਿਆਂ ਵਿੱਚ ਕੀਤੀ ਗਈ ਇਨਾ ਛਾਪਿਆਂ ਦੌਰਾਨ ਮੁਲਜ਼ਿਮਾਂ ਨਾਲ ਸੰਬੰਧਤ ਡਿਜੀਟਲ ਜਾਣਕਾਰੀ ਤੇ ਹੋਰ ਕਈ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਗਏ ਨੇ। ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਵਿਚਾਲੇ ਖੇਡੀ ਜਾਣ ਵਾਲੀ ਮੌਜੂਦਾ 5 ਮੈਚਾਂ ਦੀ T20 ਕਾਮਾਟਰੀ ਕ੍ਰਿਕਟ ਲੜੀ ਦਾ ਪਹਿਲਾ ਮੈਚ ਅੱਜ ਵਿਸ਼ਾਖਾਪਟਨਮ ਵਿੱਚ ਖੇਡਿਆ ਜਾਵੇਗਾ। ਇਸ ਲੜੀ ਵਿੱਚ ਖੇਡਣ ਵਾਲੇ ਜ਼ਿਆਦਾਤਰ ਯੁਵਾ ਖਿਡਾਰੀ ਉਹ ਨੇ ਜਿਨ੍ਹਾਂ ਨੂੰ ਇੱਕ ਦਿਨਾ ਵਿਸ਼ਵ ਕੱਪ ਮੁਕਾਬਲੇ ਵਿੱਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ। ਭਾਰਤੀ ਟੀਮ ਦੀ ਕਪਤਾਨੀ ਸੂਰੇ ਕੁਮਾਰ ਯਾਦਵ ਕਰਿਆਏ ਅਗਲੇ ਸਾਲ ਜੂਨ ਦੇ ਮਹੀਨੇ ਵਿੱਚ ਹੋਣ ਵਾਲੇ T20 ਵਿਸ਼ਵ ਕੱਪ ਤੋਂ ਪਹਿਲਾਂ ਇਸ ਮੁਕਾਬਲੇ ਨੂੰ ਦੋਵਾਂ ਟੀਮਾਂ ਦੀ ਤਿਆਰੀ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਵੇਗਾ ਖਬਰਾਂ ਦੇ ਬਲਟਨ ਸਾਡੇ ਦਰਸ਼ਕਾਰੇ ਨਿਊ ਡੀਡੀ ਕੇ ਜਲੰਧਰ ਦੇ YouTube ਚੈਨਲ Facebook ਪੇਜ ਤੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਵੀ ਦੇਖ ਸਕਦੇ ਨੇ ਤੇ ਇਸ ਨਾਲ ਹੀ ਖਬਰਾਂ ਦਾ ਇਹ ਬਲਟਨ ਖਤਮ ਹੁੰਦਾ ਹੈ ਆਗਿਆ ਦਿਓ ਨਮਸਕਾਰ